ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀਜ਼ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਪੰਜਾਬ ਸਰਕਾਰ ਜਲਦੀ ਹੀ ਲੜਕੀਆਂ ਦੀ ਸਰਕਾਰੀ ਨੌਕਰੀ ਲਈ ਭਰਤੀ ਕਰਨ ਜਾ ਰਹੀ ਹੈ ਇਸ ਦੇ ਲਈ ਸਰਕਾਰ ਪੰਜਾਬ ਅੰਗਣਵਾੜੀ ਸੁਪਰਵਾਈਜ਼ਰ ਅਤੇ ਅੰਗਣਵਾੜੀ ਵਰਕਰਾਂ ਦੀ ਲੜਕੀਆਂ ਦੀ ਭਰਤੀ ਕਰੇਗੀ ਇਹ ਆਦੇਸ਼ ਹੈ ਇਹ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਉਹਨਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਪੰਜਾਬ ਸਰਕਾਰ ਅੰਗਣਵਾੜੀ ਸੁਪਰਵਾਈਜ਼ਰਾਂ ਅਤੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ करेगी ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਂਗਣਵਾੜੀ ਸੁਪਰਵਾਈਜ਼ਰ ਹੁੰਨੇ ਆ ਉਹਨਾਂ ਦੇ ਲਈ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਪੰਜਾਬ ਸਰਕਾਰ ਦੁਆਰਾ ਗ੍ਰੈਜੂਏਸ਼ਨ ਨਿਰਧਾਰਤ ਕੀਤੀ ਗਈ ਹੈ ਅਤੇ ਵਰਕਰਾਂ ਦੇ ਲਈ ਵਾਲੇ ਕਰਮਚਾਰੀ ਅਪਲਾਈ ਕਰ ਸਕਦੇ ਆਂ ਆਂਗਣਵਾੜੀ ਸੁਪਰਵਾਈਜ਼ਰ ਜਿਹੜੀ ਇਹ ਕੁੜੀਆਂ ਦੇ ਲਈ ਇੱਕ ਬਹੁਤ ਹੀ ਸ਼ਾਹੀ ਜੋਬ ਮੰਨੀ ਜਾਂਦੀ ਹੈ ਜਿਸ ਦਾ ਕਿ ਸਕੇਲ 10300 ਬੇਸਿਕ ਹੁੰਦੀ ਹੈ ਅਤੇ ਟੋਟਲ 3600 ਇਸ ਦਾ ਗ੍ਰੇਡ ਪੇ ਹੋਵੇਗਾ ਜੋ ਕਿ ਇੱਕ ਕਲਰਕ ਨਾਲੋਂ ਜ਼ਿਆਦਾ ਹੁੰਦਾ ਹੈ ਇਸ ਦੇ ਲਈ ਉਮਰ ਹੈ ਜਿਹੜੀ ਉਹ 21 ਤੋਂ 38 ਸਾਲ ਹੁੰਦੀ ਹੈ। ਜਿਵੇਂ ਜੇ ਪਿੱਛੇ ਜੇ 2016 ਵਿੱਚ ਅੰਗਣਵਾੜੀ ਸੁਪਰਵਾਈਜ਼ਰਾਂ ਦੀ ਭਰਤੀ ਹੋਈ ਸੀ ਉਸ ਦੇ ਉਦਾਰ ਤੇ ਤੁਹਾਨੂੰ ਦੱਸਦੇ ਆ ਕਿ ਇਸ ਦਾ ਸਿਲੈਕਸ਼ਨ ਪ੍ਰੋਸੈਸ ਜਿਹੜਾ ਉਹ ਕੀ ਹੋਵੇਗਾ। 2016 ਵਿੱਚ ਜਿਹੜੀ ਭਰਤੀ ਆਈ ਸੀ ਅੰਗਣਵਾੜੀ ਸੁਪਰਵਾਈਜ਼ਰਾਂ ਦੀ ਉਸ ਵਿੱਚ ਔਰਤਾਂ ਦੀਆਂ ਕੇਵਲ 94 ਪੋਸਟਾਂ ਸੀ। ਜਿਸ ਵਿੱਚੋਂ ਜਨਰਲ ਸਨਰਣੀ 33 ਇਸ ਲਈ 17 ਪੋਸਟਾਂ ਐ, ਐਸਸੀ ਲਈ 11 ਅਤੇ ਸੁਤੰਤਰਤਾ ਸੰਗਰਾਮੀਆਂ ਦੀਆਂ 2 ਪੋਸਟਾਂ ਅਤੇ ਕੁਝ ਅੰਗੇਣਾਂ ਦੀਆਂ ਪੋਸਟਾਂ ਵੀ ਸਨ। ਗੱਲ ਕਰੀਏ ਜੇਕਰ ਇਸ ਦੀ ਕੁਆਲੀਫਿਕੇਸ਼ਨ ਦੀ ਤਾਂ ਇਸ ਦੇ ਲਈ ਘੱਟੋ ਘੱਟ ਐਲੀਜੀਬਿਲਟੀ ਜਿਹੜੀ ਹੋ ਗ੍ਰੈਜੂਏਸ਼ਨ ਰੱਖੀ ਗਈ ਸੀ ਜੋ ਕਿ ਇਸ ਵਾਰ ਵੀ ਸੇਮ ਹੀ ਹੋਵੇਗਾ ਗ੍ਰੈਜੂਏਸ਼ਨ ਹੋਵੇ ਕਿਸ ਦੀ ਘੱਟੋ ਘੱਟ ਐਲੀਜੀਬਿਲਟੀ ਭਾਵੇਂ ਬੀਏ, ਬੀਸੀਏ, ਬੀਕਾਮ, ਬੀਟੈਕ ਆਦਿ ਕੋਈ ਵੀ ਗ੍ਰੈਜੂਏਸ਼ਨ ਵਾਲਾ ਇਸ ਨੂੰ ਅਪਲਾਈ ਕਰ ਸਕੇਗਾ। ਪ੍ਰੰਤੂ ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਪੋਸਟ ਕੇਵਲ ਤੇ ਕੇਵਲ ਲੜਕਿਆਂ ਲਈ ਹੁੰਦੀ ਹੈ। ਅੱਗੇ ਗੱਲ ਕਰੀਏ ਜੇਕਰ ਇਸ ਦੇ ਲਈ ਉਮਰ ਦੀ ਤਾਂ ਇਸ ਦੇ ਲਈ ਉਮਰ ਦੀ ਜਿਹੜੀ ਸੀਮਾ ਹੋਗੀ ਉਹ 18 ਤੋਂ 37 ਸਾਲ ਦੇ ਵਿੱਚ ਹੋਵੇਗੀ। ਛੇ ਕੈਟਾਗਰੀ ਲਈ ਇਸ ਦੇ ਲਈ 5 ਸਾਲ ਦੀ ਛੋਟ ਹੋਵੇਗੀ ਹੋਰ ਤੇ ਕੇਂਦਰ ਸਰਕਾਰ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੇ ਲਈ ਵੀ ਇਸ ਵਿੱਚ ਹੋਮਰ ਵਿੱਚ ਹੁਣ ਗੱਲ ਕਰਦੇ ਆ ਇਸ ਦੇ ਸਿਲੈਕਸ਼ਨ ਪ੍ਰੋਸੈਸ ਦੀ ਜਿਹੜਾ ਇਸ ਦਾ ਸਿਲੈਕਸ਼ਨ ਪ੍ਰੋਸੈਸ ਸੀ ਇਸ ਵਿੱਚ ਕੋਈ ਵੀ ਪੇਪਰ ਨਹੀਂ ਹੋਇਆ ਸੀ ਇਸ ਵਿੱਚ ਸਿਰਫ ਤੇ ਸਿਰਫ ਉਹਨਾਂ ਦੇ ਨੰਬਰਾਂ ਦੇ ਆਧਾਰ ਤੇ ਮੈਰਿਟ ਬਣੀ ਸੀ ਭਾਵੇਂ ਕਿ میٹرਿਕ ਵਿੱਚ ਜਿੰਨੇ ਨੰਬਰ ਹੈ ਉਹਨਾਂ ਦਾ 30% ਅਤੇ ਪਲੱਸ 2 ਵਿੱਚ ਜਿੰਨੇ ਨੰਬਰ ਹੈ ਉਹਨਾਂ ਦਾ ਵੀ 30% ਅਤੇ ਗ੍ਰੈਜੂਏਸ਼ਨ ਵਿੱਚ ਟੋਟਲ ਜਿੰਨੇ ਨੰਬਰ ਹੈ ਉਹਨਾਂ ਦਾ 40% ਜੋੜ ਕੇ ਟੋਟਲ ਹੈ 100% ਦੇ ਵਿੱਚੋਂ ਨੰਬਰ ਲੱਗੇ ਸਨ ਇਸ ਤਰ੍ਹਾਂ ਉਹਨਾਂ ਦੇ ਟੋਟਲ ਨੰਬਰਾਂ ਦੇ ਪਰਸੈਂਟੇਜ ਦੇ ਆਧਾਰ ਤੇ ਹੀ 100% ਵਿੱਚੋਂ ਨੰਬਰ ਲਗਾ ਕੇ ਉਹਨਾਂ ਦੀ ਕਮੈਰਿਟ ਲਿਸਟ ਬਣੀ ਸੀ ਜਿਸ ਦੇ ਆਧਾਰ ਤੇ ਉਹਨਾਂ ਦੀ ਸਿਲੈਕਸ਼ਨ ਹੋਈ ਸੀ ਇਸ ਵਾਰ ਵੀ ਇਸੇ ਤਰ੍ਹਾਂ ਹੀ ਪ੍ਰੋਸੈਸ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਲਈ ਜੇਕਰ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਚੈਨਲ ਤੇ ਬਨੇ ਰਹੋ ਜਦੋਂ ਵੀ ਸੰਬੰਧੀ ਕੋਈ ਆਫੀਸ਼ੀਅਲ ਨੋਟੀਫਿਕੇਸ਼ਨ ਜਦੋਂ ਇਹ ਪੋਸਟਾਂ ਨਿਕਲਦੀਆਂ ਤਾਂ ਮੈਂ ਤੁਹਾਨੂੰ ਉਦੋਂ ਹੀ ਅਪਡੇਟ ਕਰ ਦੇਵਾਂਗਾ ਇਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ